ਗੁਰਸਿੱਖ ਮਾਪਿਆਂ ਲਈ ਤੇ ਪੰਜਾਬੀਆਂ ਲਈ ਇਹ ਬੇਹੱਦ ਮਾਣ ਵਾਲਾ ਪਲ ਹੈ ਜਦੋਂ ਅਮਰੀਕਾ ਦੀ ਫ੍ਰੈਂਸੋ ਕਾਉਂਟੀ ਬੈਂਚ 'ਚ ਪਹਿਲੇ ਗੁਰਸਿੱਖ ਨੇ ਜੱਜ ਵਜੋਂ ਅਹੁਦਾ ਸੰਭਾਲਿਆ ਹੈ, ਜਿੱਥੇ ਗੁਰਸਿੱਖ ਰਾਜ ਸਿੰਘ ਬਦੇਸ਼ਾ ਨੂੰ ਉਹਨਾਂ ਦੀ ਮਾਂ ਨੇ ਹੱਥੀ ਹੈਡਰੈਸ ਪਹਿਨਾਈ। ਪੂਰਾ ਗੁਰਸਿੱਖ ਪਰਿਵਾਰ ਇਸ ਖੁਸ਼ੀ ਦੇ ਪਲ 'ਚ ਮੌਜੂਦ ਰਿਹਾ ਹੈ। ਦੱਸ ਦਈਏ ਕਿ ਰਾਜ ਸਿੰਘ ਬਦੇਸ਼ਾ ਅਮਰੀਕਾ 'ਚ ਪਰੰਪਰਾ ਮੁਤਾਬਿਕ ਹੈਡਰੈਸ ਪਹਿਨਣ ਵਾਲੇ ਪਹਿਲੇ ਸਿੱਖ ਜੱਜ ਬਣੇ ਨੇ। ਸੁਪੀਰੀਅਰ ਕੋਰਟ ਦੇ ਵਿੱਚ ਉਹਨਾਂ ਨੂੰ ਪਹਿਲੇ ਸਿੱਖ ਜੱਜ ਵਜੋਂ ਨਵਾਜ਼ਿਆ ਗਿਆ ਹੈ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰਾਜ ਸਿੰਘ ਬਦੇਸ਼ਾ ਨੂੰ ਫ੍ਰੈਂਸੋ ਕਾਉਂਟੀ ਸੁਪੀਰੀਅਰ ਕੋਰਟ ਦਾ ਨਵਾਂ ਜੱਜ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਉਸ ਸਮੇਂ ਰਾਜ ਸਿੰਘ ਫ੍ਰੈਂਸੋ 'ਚ ਮੁੱਖ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾ ਰਹੇ ਸਨ। ਬਦੇਸ਼ਾ ਫ੍ਰੈਂਸੋ ਕਾਉਂਟੀ ਬੈਂਚ 'ਚ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਨੇ। ਰਸਮੀ ਤੌਰ 'ਤੇ ਨਿਯੁਕਤੀ ਲਈ ਇੱਕ ਸਮਾਗਮ ਰੱਖਿਆ ਗਿਆ, ਜਿਸ ਵਿੱਚ ਰਾਜ ਸਿੰਘ ਬਦੇਸ਼ਾ ਨੇ ਅਧਿਕਾਰਿਤ ਤੌਰ 'ਤੇ ਜੱਜ ਵਜੋਂ ਅਹੁਦਾ ਸੰਭਾਲਿਆ ਹੈ। ਜੱਜ ਰਾਜ ਸਿੰਘ ਬਦੇਸ਼ਾ ਅਪਰਾਧਿਕ ਦੁਸ਼ਕਰਮ ਮਾਮਲਿਆਂ ਦੀ ਪ੍ਰਧਾਨਗੀ ਕਰਨਗੇ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ 2022 ਤੋਂ ਬਦੇਸ਼ਾ ਨੇ ਫ੍ਰੈਂਸੋ ਸਿਟੀ ਅਟਾਰਨੀ ਦੇ ਦਫ਼ਤਰ 'ਚ ਮੁੱਖ ਸਹਾਇਕ ਵਜੋਂ ਸੇਵਾ ਨਿਭਾਈ ਹੈ। ਉਹਨਾਂ ਨੇ 2012 ਤੋਂ CAO 'ਚ ਕਈ ਹੋਰ ਭੂਮਿਕਾਵਾਂ 'ਚ ਵੀ ਆਪਣੀ ਸੇਵਾ ਨਿਭਾਈ। 2008 ਤੋਂ 2012 ਤੱਕ ਬੇਕਰ ਮਨੋਕ ਐਂਡ ਜੇਸਨ 'ਚ ਇੱਕ ਸਹਿਯੋਗੀ ਵਜੋਂ ਵੀ ਕੰਮ ਕੀਤਾ। ਬਦੇਸ਼ਾ ਨੇ ਕੈਲੀਫੋਰਨੀਆ ਯੂਨੀਵਰਸਿਟੀ ਕਾਲਜ ਆਫ ਲਾਅ ਸਾਨ ਫ੍ਰਾਂਸਿਸਕੋ ਤੋਂ ਜੂਰਿਸ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਜੱਜ ਜੌਨ ਐਂਡ ਕਪੇਟਨ ਦੀ ਰਿਟਾਇਰਮੈਂਟ ਨਾਲ ਖਾਲੀ ਹੋਏ ਅਹੁਦੇ 'ਤੇ ਨਵਾਜ਼ਿਆ ਗਿਆ ਹੈ। ਦੱਸ ਦਈਏ ਕਿ ਰਾਜ ਸਿੰਘ ਬਦੇਸ਼ਾ ਅਜਿਹੇ ਪਹਿਲੇ ਗੁਰਸਿੱਖ ਨੇ ਜਿਨ੍ਹਾਂ ਨੇ ਅਮਰੀਕਾ ਦੀ ਫ੍ਰੈਂਸੋ ਕਾਉਂਟੀ ਬੈਂਚ 'ਚ ਸਿੱਖ ਜੱਜ ਵਜੋਂ ਅਹੁਦਾ ਸੰਭਾਲਿਆ ਹੈ। ਇਹ ਸਾਰੇ ਹੀ ਪੰਜਾਬੀਆਂ, ਦੇਸ਼ ਵਾਸੀਆਂ ਤੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ। ਗੁਰਸਿੱਖ ਮਾਪਿਆਂ ਲਈ ਤੇ ਪੰਜਾਬੀਆਂ ਲਈ ਇਹ ਬੇਹੱਦ ਮਾਣ ਵਾਲਾ ਪਲ ਹੈ ਜਦੋਂ ਅਮਰੀਕਾ ਦੀ ਫ੍ਰੈਂਸੋ ਕਾਉਂਟੀ ਬੈਂਚ 'ਚ ਪਹਿਲੇ ਗੁਰਸਿੱਖ ਨੇ ਜੱਜ ਵਜੋਂ ਅਹੁਦਾ ਸੰਭਾਲਿਆ ਹੈ, ਜਿੱਥੇ ਗੁਰਸਿੱਖ ਰਾਜ ਸਿੰਘ ਬਦੇਸ਼ਾ ਨੂੰ ਉਹਨਾਂ ਦੀ ਮਾਂ ਨੇ ਹੱਥੀ ਹੈਡਰੈਸ ਪਹਿਨਾਈ। ਪੂਰਾ ਗੁਰਸਿੱਖ ਪਰਿਵਾਰ ਇਸ ਖੁਸ਼ੀ ਦੇ ਪਲ 'ਚ ਮੌਜੂਦ ਰਿਹਾ ਹੈ। ਦੱਸ ਦਈਏ ਕਿ ਰਾਜ ਸਿੰਘ ਬਦੇਸ਼ਾ ਅਮਰੀਕਾ 'ਚ ਪਰੰਪਰਾ ਮੁਤਾਬਿਕ ਹੈਡਰੈਸ ਪਹਿਨਣ ਵਾਲੇ ਪਹਿਲੇ ਸਿੱਖ ਜੱਜ ਬਣੇ ਨੇ। ਸੁਪੀਰੀਅਰ ਕੋਰਟ ਦੇ ਵਿੱਚ ਉਹਨਾਂ ਨੂੰ ਪਹਿਲੇ ਸਿੱਖ ਜੱਜ ਵਜੋਂ ਨਵਾਜ਼ਿਆ ਗਿਆ ਹੈ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰਾਜ ਸਿੰਘ ਬਦੇਸ਼ਾ ਨੂੰ ਫ੍ਰੈਂਸੋ ਕਾਉਂਟੀ ਸੁਪੀਰੀਅਰ ਕੋਰਟ ਦਾ ਨਵਾਂ ਜੱਜ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਉਸ ਸਮੇਂ ਰਾਜ ਸਿੰਘ ਫ੍ਰੈਂਸੋ 'ਚ ਮੁੱਖ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾ ਰਹੇ ਸਨ। ਬਦੇਸ਼ਾ ਫ੍ਰੈਂਸੋ ਕਾਉਂਟੀ ਬੈਂਚ 'ਚ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਨੇ। ਰਸਮੀ ਤੌਰ 'ਤੇ ਨਿਯੁਕਤੀ ਲਈ ਇੱਕ ਸਮਾਗਮ ਰੱਖਿਆ ਗਿਆ, ਜਿਸ ਵਿੱਚ ਰਾਜ ਸਿੰਘ ਬਦੇਸ਼ਾ ਨੇ ਅਧਿਕਾਰਿਤ ਤੌਰ 'ਤੇ ਜੱਜ ਵਜੋਂ ਅਹੁਦਾ ਸੰਭਾਲਿਆ ਹੈ। ਜੱਜ ਰਾਜ ਸਿੰਘ ਬਦੇਸ਼ਾ ਅਪਰਾਧਿਕ ਦੁਸ਼ਕਰਮ ਮਾਮਲਿਆਂ ਦੀ ਪ੍ਰਧਾਨਗੀ ਕਰਨਗੇ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ 2022 ਤੋਂ ਬਦੇਸ਼ਾ ਨੇ ਫ੍ਰੈਂਸੋ ਸਿਟੀ ਅਟਾਰਨੀ ਦੇ ਦਫ਼ਤਰ 'ਚ ਮੁੱਖ ਸਹਾਇਕ ਵਜੋਂ ਸੇਵਾ ਨਿਭਾਈ ਹੈ। ਉਹਨਾਂ ਨੇ 2012 ਤੋਂ CAO 'ਚ ਕਈ ਹੋਰ ਭੂਮਿਕਾਵਾਂ 'ਚ ਵੀ ਆਪਣੀ ਸੇਵਾ ਨਿਭਾਈ। 2008 ਤੋਂ 2012 ਤੱਕ ਬੇਕਰ ਮਨੋਕ ਐਂਡ ਜੇਸਨ 'ਚ ਇੱਕ ਸਹਿਯੋਗੀ ਵਜੋਂ ਵੀ ਕੰਮ ਕੀਤਾ। ਬਦੇਸ਼ਾ ਨੇ ਕੈਲੀਫੋਰਨੀਆ ਯੂਨੀਵਰਸਿਟੀ ਕਾਲਜ ਆਫ ਲਾਅ ਸਾਨ ਫ੍ਰਾਂਸਿਸਕੋ ਤੋਂ ਜੂਰਿਸ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਜੱਜ ਜੌਨ ਐਂਡ ਕਪੇਟਨ ਦੀ ਰਿਟਾਇਰਮੈਂਟ ਨਾਲ ਖਾਲੀ ਹੋਏ ਅਹੁਦੇ 'ਤੇ ਨਵਾਜ਼ਿਆ ਗਿਆ ਹੈ।
ਦੱਸ ਦਈਏ ਕਿ ਰਾਜ ਸਿੰਘ ਬਦੇਸ਼ਾ ਅਜਿਹੇ ਪਹਿਲੇ ਗੁਰਸਿੱਖ ਨੇ ਜਿਨ੍ਹਾਂ ਨੇ ਅਮਰੀਕਾ ਦੀ ਫ੍ਰਾਂਸੋ ਕਾਉਂਟੀ ਬੈਂਚ 'ਚ ਸਿੱਖ ਜੱਜ ਵਜੋਂ ਅਹੁਦਾ ਸੰਭਾਲਿਆ। ਇਹ ਸਾਰੇ ਹੀ ਪੰਜਾਬੀਆਂ, ਦੇਸ਼ ਵਾਸੀਆਂ ਤੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ।